شهادتان تجدا دتکیا نکیا سجدا نه الیا الیا شهادتا جدا سرگا اجسی اتھے بیٹھا سر اونچے کر کے بیٹھے تہاڈی پہچان کی ہے پہلی دنیا کھڑی ہے او سکھ کھڑا ہے جی کیوں تہاڈی باغ پہچان ہے تہاڈی ٹربل تہاڈی پہچان ہے سارے سابت صورت ہو گرو کول گھاٹ کوئی نہیں برش کرپا کرنا تے گرو دے ہتھ دیا کرنا ਉਧਰੋਂ ਕਿਰਪਾ ਹੋ ਜਾਏ ਪਾਤਸ਼ਾਹ ਕਿਰਪਾ ਕਰੋ ਮੈਨੂੰ ਸਿੱਖੀ ਸਰੂਪ ਦਿਓ ਮੈਨੂੰ ਨਾਮਦਾਰੀ ਦਿਓ ਮੈਂ ਤੁਹਾਡਾ ਹੋ ਜਾਵਾਂ ਫਿਰ ਕੀ ਹੈ ਜੇ ਜੇ ਤੂੰ ਮੇਰਾ ਹੋਏ ਨਾ ਮੈਨੂੰ ਸਭ ਛੱਡ ਦੇਗਾ ਘੱਟ ਟਾਈਮ ਜ਼ਰੂਰ ਲੱਗ ਜਾਂਦਾ ਪਰ ਤੂੰ ਕਿਰਪਾ ਕਰਨ ਜਿਹੜੀਆਂ ਆਪਣੇ ਹੱਥ ਦੀਆਂ ਗੱਲਾਂ ਨੇ ਨਾ ਅਖੋਲੀ ਨਹੀਂ ਕਰੀਦੀਆਂ ਉਹਨਾਂ ਨੂੰ ਅਖੋਲੀ ਨਾ ਇਹ ਆਪਣੇ ਹੱਥ ਦੀਆਂ ਜਿਹੜੇ ਜਿਹਦੇ 'ਚ ਖੂਬਸੂਰਤੀ ਹੈ ਨਾ ਲਾਲਚ ਕਿ ਬੱਚੇ ਸੀ ਉਹ ਲਾਲਚ ਚ ਆ ਸਕਦੇ ਸੀ ਪਿੱਛੇ ਹੱਥ ਕਿਹਦਾ ਸੀ ਨਿਰੰਕਾਰ ਦਾ ਪਿਤਾ ਦਾ ਅਕਾਲ ਪੁਰਖ ਦਾ ਦਾਦੀ ਮਾਂ ਦੇ ਸਿੱਖਿਆ ਸੀ ਆਪਣੇ ਮੈਂ ਆਪਣੀਆਂ ਭੈਣਾਂ ਨੂੰ ਵੀ ਇਹੀ ਬੇਨਤੀ ਕਰਦੀ ਹਾਂ ਮਾਵਾਂ ਨੂੰ ਵੀ ਇਹੀ ਬੇਨਤੀ ਕਰਦੀ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜ਼ਰੂਰ ਜਾਣੂ ਕਰਵਾਈਏ ਹੁਣ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਨਾਲ ਦੇਖੋ ਕੌਣ ਸੀ ਬੇਬੇ ਨਾਨਕ ਭੈਣ ਕਿਹਦਾ ਸਾਥ ਸੀ ਕਿਹਨੇ ਪਹਿਚਾਣਿਆ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਪਹਿਚਾਣਿਆ ਮਾਂ ਪਿਓ ਨੂੰ ਪਹਿਚਾਣ ਨਹੀਂ ਸੀ ਆਈ ਕਿਹਨੂੰ ਪਹਿਚਾਣ ਆਈ ਸੀਗੀ ਇੱਕ ਭੈਣ ਸੀ ਪਹਿਲਾਂ ਸਿੱਖੀ ਹੋਈ ਸੀ ਜਿਹਨੇ ਗੁਰੂ ਨਾਨਕ ਸਾਹਿਬ ਨੂੰ ਪਹਿਚਾਣਿਆ ਆਪਾਂ ਉਹੀ ਜੀ ਬਣ ਜਾਈਏ ਸਾਡਾ ਤਾਂ ਬੇਮਿਸਾਲ ਇਤਿਹਾਸ ਹੈ ਉਧਰ ਬੀਬੀ ਭਾਨੀ ਦੇਖੋ ਇਹਦੀ ਜੀ ਸ਼ਹਾਦਤਾਂ ਉਧਰ ਮਾਂ ਗੁਜਰੀ ਦੇਖੋ ਕਿਹਦੀ ਸਿੱਖਿਆ ਸੀ ਦਾਦੀ ਦੀ ਸਿੱਖਿਆ ਸੀ ਬੱਚਿਆਂ ਨੂੰ ਡੋਲਣਾ ਨਹੀਂ ਘਬਰਾਉਣਾ ਨਹੀਂ ਅੱਜ ਅੱਜ ਸਿਰ ਉੱਚੇ ਕਰਕੇ ਬੈਠੇ ਹੋਣਾ ਇੱਥੇ ਫੋਰਨ ਕੰਟਰੀਜ਼ ਦੇ ਵਿੱਚ ਕਿਉਂ ਬੈਠੇ ਹੋ ਉਹਨਾਂ ਦਾ ਸਦਕਾ ਬੈਠੇ ਹੋ ਸੱਸ ਆਖੋ ਸਤਨਾਮ ਆਖੋ ਜੀ ਉਹਨਾਂ ਨੂੰ ਯਾਦ ਕਰੋ ਸਤਨਾਮ ਅੱਜ ਉਹਨਾਂ ਦੀ ਬਦੌਲਤ ਇਹ ਦਿਨ ਤੇ ਆਪਾਂ ਹਮੇਸ਼ਾ ਮਨਾਇਆ ਕਰੋ ਆਪਣੇ ਜਿਹਦੇ ਨਾਲ ਸਾਡਾ ਵਿਰਸਾ ਮਜ਼ਬੂਤ ਬੱਚੇ ਜੁੜੇ ਰਹਿਣਗੇ ਸਿੱਖੀ ਸਰੂਪ ਬੱਚਿਆਂ ਨੂੰ ਅਸੀਂ ਮਹਾਰਾਜ ਕਿਰਪਾ ਕਰਨ ਗੁਰੂ ਦੇ ਹੱਥ ਦੀਆਂ ਗੱਲਾਂ ਨੇ ਗੁਰੂ ਕਿਰਪਾ ਕਰੇ ਇਹ ਉਹਦੇ ਹੱਥ ਦੀਆਂ ਗੱਲਾਂ ਨੇ ਉਹ ਦੇਵੇ ਸਿੱਖੀ ਉਹ ਦੇਵੇ ਜਿਹੜੇ ਆਪਣੇ ਹੱਥ ਦੀਆਂ ਗੱਲਾਂ ਨੇ ਉਹ ਸੰਭਾਲ ਕੇ ਵੀ ਰੱਖੀ ਅਸ ਨਾਮਦਾਨ ਮੰਗੀਏ ਤਾਂ ਕਿ ਉਹਦੇ ਵਿੱਚ ਸਾਰਾ ਕੁਝ ਹੈ ਜਦੋਂ ਨਾਮ ਜਪਣ ਲੱਗ ਗਏ ਫਿਰ ਜਿਹੜੇ ਗੁਰੂ ਦੇ ਹੱਥ ਦੇ ਕੰਮ ਨੇ ਉਹਨੇ ਆਪੇ ਕਰਨੇ ਨੇ ਅਸੀਂ ਉਹਦੇ 'ਤੇ ਛੱਡਦੇ ਬੜੇ ਵੱਡੇ ਇਤਿਹਾਸ ਦੇ ਬਾਰਸ਼ ਐਡੇ ਐਡੇ ਸ਼ਹੀਦੀਆਂ ਦੇ ਬਾਰਸ਼ ਜਿਹਨਾਂ ਦੇ ਅੱਜ ਜਿਹਨਾਂ ਨੂੰ ਸ਼ਾਂਤ ਕਰਨ ਵਾਸਤੇ ਅੱਜ ਪਈ ਕੱਤੇ ਉਹਨਾਂ ਨੂੰ ਬਰਕਰਾਰ ਰੱਖੀ ਸਾਹਿਬ ਕਿਰਪਾ ਕਰਨ ਤੁਹਾਡਾ ਇਤਿਹਾਸ ਬੜਾ ਵੱਡਾ ਆ ਉਹਨੂੰ ਸੰਭਾਲ ਕੇ ਰੱਖੋ ਬੱਚਿਆਂ ਨੂੰ ਛੋੜੋ ਬੱਚਿਆਂ ਨੂੰ ਮਾਂ ਪਿਓ ਨੇ ਛੋੜਨਾ ਕਿਸੇ ਕੋਲ ਨਹੀਂ ਅਸੀਂ ਦੱਸਾਂਗੇ ਆਪਣੇ ਬੱਚਿਆਂ ਨੂੰ ਕਿ ਮੇਰੇ ਪੇਰੈਂਟਸ ਸਿੱਖੀ ਸਰੂਪ ਜਿਹੜੇ ਦੇ ਬੱਚਿਆਂ ਨੇ ਵਾਲ ਕਟਾਏ ਹੁੰਦੇ ਨੇ ਚਲੋ ਬੱਚਿਆਂ ਨੂੰ ਨਾਮ ਵੱਲ ਜੋੜੋ ਗੁਰਦੁਆਰੇ ਲਿਆਇਆ ਕਰੋ ਹੈ ਨਾ ਸਿਮਰਨ ਬੰਦਗੀ ਨਾਲ ਜੋੜੋ ਜਦੋਂ ਇਹ ਆਪਾਂ ਕਰ ਦੇਵਾਂਗੇ ਨਾ ਆਪੇ ਮਹਾਰਾਜ ਦੇ ਹੱਥ ਦੀਆਂ ਜਿਹੜੀਆਂ ਗੱਲਾਂ ਨੇ ਗੁਰੂ ਨੇ ਸਮਤ ਦੇ ਦੇ ਫਿਰ ਤੁਹਾਡੇ ਹੱਥ ਦੀ ਕੁਛ ਫਿਰ ਗੁਰੂ ਆਪੇ ਕਿਰਪਾ ਕਰੇਗਾ ਜਿਹੜੇ ਉਹਦੇ ਹੱਥ ਦੀਆਂ ਗੱਲਾਂ ਨੇ ਉਹਦੇ 'ਤੇ ਛੱਡ ਦੇ ਕਿ ਉਹਨਾਂ ਨੂੰ ਰਾਜ ਭਾਗ ਨਹੀਂ ਸੀ ਚੰਗਾ ਲੱਗਦਾ ਲੱਗਦਾ ਸੀ ਤੁਰ ਤੋ 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 ਦਾ ਤੋ ਰਤਰ ਕਾ ਤੋ ਸਾਰਾ ਕੁਝ ਅੰਦਰ ਦੀ ਵਸਤਾ ਉਹਨਾਂ ਚ ਕਰ
Thank you.
सैफ सरोही सैथी जहे हमारे पीर शस्त्रन क्या कुछ पीर क्या है बचलो सिलसा पाल लग जाते मत्थे नाल लागे मत मैं ते पाल नहीं है ना मत्थे नाल लागे मत्था टेक के तो कोई गुरु दी नहीं ऐसा।